ਤੇ ਆ ਉਰੇ ਤੋਂ ਬਾਬੇ ਲੈ ਗਏ ਤਾਰਾਂ ਬਟ ਅੱਛਾ ਹੋ ਗਿਆ ਉਹੀ ਕੰਮ ਸਹੀ ਗੱਲ ਆ ਉਹੀ ਹੋ ਗਿਆ ਕਰਤਾ ਉਹੀ ਚੋਰ ਆ ਪੱਤਾ ਸਹੀ ਗੱਲ ਆ ਸਾਲਾ ਲੈ ਗਿਆ ਚੱਕ ਕੇ ਤਾਰਾਂ ਚੋਰ ਹੈਗੇ ਸੀਗੇ ਸਮਝਦਾਰ ਵਿਚਾਰੇ ਇੱਧਰ ਵੀ ਫੁੱਟ ਫੁੱਟ ਦਾ ਟੋਟਾ ਛੱਡ ਗਏ ਕਹਿੰਦਾ ਸਰਦਾਰ ਜੀ ਦਬਣਾ ਨਹੀਂ ਹੈਗਾ ਕਹਿੰਦਾ ਹੋਰ ਲਿਆਵਾਂਗੇ ਆਹ ਜਗ੍ਹਾ ਪਰ ਤਾਰਾਂ ਫੂਕ ਕੇ ਇਹਨਾਂ ਨੇ ਮਾਰਿਆ ਮਗਲੇ ਪਾਸੇ ਤੋਂ ਜ਼ੋਰ ਆ ਟੱਕ ਇਹਨਾਂ 'ਤੇ ਰੋਟੀ ਨਹੀਂ ਹੈਗੀ ਇੱਕ ਸਰੀਆ ਜਿਹਾ ਇਹਨਾਂ ਨੇ ਹਿਲਾ ਲਿਆ ਪਰ ਹਿੱਲਿਆ ਨਹੀਂ ਹੈਗਾ ਇਹਨਾਂ 'ਤੇ ਅਤੇ ਇਹ ਹੈਗਾ ਮਜ਼ਬੂਤ ਥੋੜ੍ਹਾ ਜਿਹਾ ਅਤੇ ਇਹਨਾਂ 'ਤੇ ਆਹ ਚੀਜ਼ ਹਿੱਲੀ ਨਹੀਂ ਹੈਗੀ ਨਾ ਕਿਸਾਨ ਵੀਰੋ ਅੱਜ ਦੇ ਵਲੋਗ ਤੁਹਾਡਾ ਸਵਾਗਤ ਆ ਅਤੇ ਬਾਬੇ ਅੱਜ ਤੁਹਾਨੂੰ ਚੋਰਾਂ ਦੀ ਇੱਕ ਸ਼ਰਮਨਾਕ ਘਟਨਾ ਦਿਖਾਉਂਦੇ ਹਾਂ ਰਾਤ ਤਕਰੀਬਨ 1 ਵਜੇ ਦਾ ਗੇਟ ਸੀਗਾ ਉਰੇ ਬੰਦਿਆਂ ਨੇ ਦੇਖਿਆ ਸੀਗਾ ਵੀ ਚੋਰ ਆਏ ਹੋਣੇ ਅਤੇ ਆਹ ਉਰੇ ਤੋਂ ਬਾਬੇ ਲੈ ਗਏ ਤਾਰਾਂ ਵੱਢ ਕੇ ਇੱਥੋਂ ਆਪਾਂ ਵੱਢ ਕੇ ਆਹ ਟਾਕੀ ਤੋੜ ਗਏ ਅਤੇ ਟਾਕੀ ਦਾ ਕਰਕੇ ਨੁਕਸਾਨ ਅਤੇ ਇੱਧਰਲੇ ਪਾਸੇ ਆਹ ਉਰੇ ਤੋਂ ਬਾਬੇ ਲੈ ਗਏ ਤਾਰਾਂ ਵੱਢ ਕੇ ਹਾਂ ਕਰੋ ਦੇਖੋ ਅਸੀਂ 12-13 ਫੁੱਟ ਦਾ ਟੋਟਾ ਅੰਦਰਲੇ ਪਾਸੇ ਵੀ ਜਿਹੜੀ ਮੋਟਰ ਤੋਂ ਵੱਧ ਗਈ ਸੀਗੀ ਉਹ ਅੰਦਰਲੇ ਪਾਸੇ ਰੱਖ ਲਈ ਸੀਗੀ ਤਕਰੀਬਨ ਉਰੇ 7-8 ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ ਆਪਣੇ ਬਾਹਰਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਬਾਹਰਲੇ ਪਾਸੇ ਦਾ ਆਪਾਂ ਤਕਰੀਬਨ 5-5 ਫੁੱਟ ਟੋਆ ਡੂੰਘਾ ਦੱਬ ਕੇ ਉੱਥੋਂ ਵਿੱਚ ਇੱਟਾਂ ਰੋੜੇ ਸੁੱਟ ਕੇ ਤਾਂ ਤਾਰ ਦੱਬੀ ਆ ਬਾਹਰਲੇ ਪਾਸੇ ਤੋਂ ਇਹਨਾਂ 'ਤੇ ਨਿਕਲੀ ਨਹੀਂ ਹੈਗੀ ਆਹ ਅੰਦਰਲੇ ਪਾਸੇ ਤੋਂ ਤੁਹਾਨੂੰ ਦਿਖਾਉਣਾ ਆਹ ਕਰੋ ਚੈੱਕ ਇੱਥੋਂ ਵੱਢ ਗਏ ਇੱਥੋਂ ਇੱਧਰਲੇ ਪਾਸੇ ਵੱਢ ਕੇ ਅਤੇ ਬਾਬੇ ਆਹ ਸਰੀਏ ਪੱਟ ਕੇ ਟਾਕੀ ਤੋੜ ਕੇ ਆਹ ਰੱਖ ਗਏ ਹੁਣ ਆਪਾਂ ਪਰਮਾਨੈਂਟ ਤੌਰ 'ਤੇ ਟਾਕੀ ਕਰ ਦਾਂਗੇ ਬੰਦ ਵੀ ਨਾ ਕੋਈ ਅੰਦਰ ਆਵੇ ਨਾ ਜਾਵੇ ਫਿਰ ਜਿਹਨੇ ਗੇਟ ਪੱਟ ਕੇ ਜਾਣਾ ਹੋਊਗਾ ਅੰਦਰ ਬੇਸ਼ੱਕ ਵਗ ਜਾਏ ਜਾਂ ਚਾਦਰਾਂ ਤੋੜ ਕੇ ਵਗ ਜਾਏ ਹੁਣ ਆਹ ਟਾਕੀ ਵਾਲਾ ਤਾਂ ਆਪਾਂ ਕਰ ਦਾਂਗੇ ਇਹਨਾਂ ਦਾ ਰਾਹ ਬੰਦ ਅਤੇ ਕਿਉਂਕਿ ਯਾਰ ਬਾਈ ਪਹਿਲਾਂ ਵੀ 2-3 ਵਾਰ ਇੱਥੇ ਹੋਇਆ ਨੁਕਸਾਨ ਅਤੇ ਹੁਣ ਅਸੀਂ ਆਹ ਕੇਬਲ ਆ ਇੰਨਾ ਸ਼ੁਕਰ ਆ ਚੱਲ ਇਹ ਵੀ ਚੋਰ ਵੀਰਾਂ ਦਾ ਧੰਨਵਾਦ ਨਹੀਂ ਇਹ ਆਹ ਉਰੇ ਜੜਾਂ ਤੋਂ ਵੱਢ ਦਿੰਦਾ ਚੈਨ ਕੁੱਪੀ ਵਾਲਾ ਕੰਮ ਕਰ ਜਾਂਦੇ ਆ ਇਹ ਤਾਂ ਵਧੀਆ ਗੱਲ ਆ ਵੀ ਇਹਨਾਂ ਨੇ ਇੱਥੋਂ ਨਹੀਂ ਵੱਢੀ ਹੈਗੀ ਕਿਤੇ ਨਹੀਂ ਫੁੱਟਦੇ ਟੁੱਟਦੇ ਕਈ ਜਿਹੜੇ ਮਾੜੇ ਚੋਰ ਹੁੰਦੇ ਨੇ ਉਹ ਫੁੱਟਦੇ ਟੁੱਟੇ ਪਿੱਛੇ ਡੋਲੇ ਜਾਂਦੇ ਹੁੰਦੇ ਨੇ ਵੀ ਅਗਲੇ ਦਾ ਚੈਨ ਕੁੱਪੀ ਦਾ ਨੁਕਸਾਨ ਕਰ ਜਾਂਦੇ ਨੇ ਚੈਨ ਕੁੱਪੀ ਯੋਗਾ ਕੰਮ ਕਰ ਜਾਂਦੇ ਨੇ ਇੱਧਰ ਸਾਡਾ ਗੋਬਿੰਦਾ ਸਿੰਘ ਸਟੋਰੀ ਬਣਾ ਰਿਹਾ ਕਹਿੰਦੇ ਵੀ ਚੱਕ ਦਾਂਗੇ ਵੱਟੇ ਕਹਿੰਦਾ ਸਰਦਾਰ ਜੀ ਦਬਣਾ ਨਹੀਂ ਹੈਗਾ ਕਹਿੰਦਾ ਹੋਰ ਲਿਆਵਾਂਗੇ ਅਤੇ ਬਾਬੇ ਮਿਲਣਾ ਤਾਂ ਉਹ ਅੰਦਰਲੇ ਪਾਸੇ ਵੀ ਤਾਰ ਪਈ ਆ ਉਹ ਨਹੀਂ ਮਿਲਦਾ ਕੰਮ ਜਿਹਾ ਕਰਕੇ ਕਿ ਅੰਦਰਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਅਤੇ ਤਕਰੀਬਨ 5-6 ਮੋਟਰਾਂ ਦੀਆਂ ਤਾਰਾਂ ਵੱਢ ਕੇ ਗਏ ਨੇ ਅਤੇ ਇੱਧਰਲੇ ਪਾਸੇ ਤੁਸੀਂ ਜੀਰੀ ਵੀ ਦੇਖ ਲਓ ਆਪਾਂ ਸਪਰੇਅ ਕਰੀ ਸੀਗੀ ਬੂਈ ਬਾਈ ਦੀ ਅਤੇ ਆਪਣਾ ਗੋਹ ਸੁੰਡੀ ਦੀ ਜੀਰੀ ਨੂੰ ਕੋਈ ਬਿਮਾਰੀ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਜੀਰੀ ਝੋਟੇ ਦੇ ਸਿਰ ਵਰਗੀ ਖੜੀ ਆ ਅਤੇ ਜੀਰੀ ਵੀ ਵੀਰੇ ਜੁਲਾਈ ਦੇ ਤਕਰੀਬਨ 2 ਹਫ਼ਤੇ 'ਚ ਲੱਗੀ ਵੀ ਆ ਤੁਸੀਂ ਚੈੱਕ ਕਰ ਲਓ ਵੀ ਤਕਰੀਬਨ 3-3 ਫੁੱਟ ਜੀਰੀ ਹੋਈ ਗੇੜ ਖੜੀ ਆ ਲਓ ਜੀ ਆ ਕਰੋ ਮੇਰੇ ਤਾਂ ਲੱਕ ਤੱਕ ਆ ਗਈ ਲੱਕ ਤੋਂ ਉੱਪਰ ਜਾ ਰਹੀ ਹੈ ਇੱਥੇ ਬਾਗੀ ਬੱਖੀ ਕੋਲ ਤਕਰੀਬਨ 4.5 ਫੁੱਟ ਦੀ ਜੀਰੀ ਹੋ ਗਈ ਮਾਰ ਰਹੀ ਆ ਛਾਲਾਂ ਅਤੇ ਝੋਟੇ ਦੇ ਸਿਰ ਵਰਗੀ ਜੀਰੀ ਆ ਇੱਧਰ ਵੀ ਸਪਰੇਅ ਮਿਕਸ ਉਦਾਸ ਆ ਨਿਸਰਨ ਲੱਗ ਗਈ ਅੱਜ ਜਿਹੜੀ ਨਸਾਰੇ ਵਾਲੀ ਸਪਰੇਅ ਕਰਾਂਗੇ ਅਤੇ ਆਪਾਂ ਇੱਧਰ ਮੌਸਮ ਵੀ ਦੇਖ ਰਹੇ ਹਾਂ ਵੀ ਮੌਸਮ ਹੋ ਜਾਵੇ ਥੋੜ੍ਹਾ ਜਿਹਾ ਠੀਕ ਬਾ ਫਿਰ ਚੱਕ ਦਾਂਗੇ ਫੱਟੇ ਸਪਰੇਅ ਵੀ ਅੱਜ ਵਾਲਾ ਆਉਣਾ ਸੀਗਾ 7-8 ਬੰਦਿਆਂ ਨੇ ਅਤੇ ਅੱਜ ਮੀਂਹ ਕਰਕੇ ਆਪਾਂ ਰੋਕਦੇ ਸੀਗੇ ਬਾਕੀ ਜੇ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਫਿਰ ਕਰਾ ਦਾਂਗੇ ਆਹ ਲਓ ਜੀ ਹੋਰ ਕੋਈ ਨੁਕਸਾਨ ਨਹੀਂ ਕਰਕੇ ਗਏ ਹੈਗੇ ਬਾ ਤਾਰਾਂ ਲੈ ਗਏ ਵੱਢ ਕੇ ਅਤੇ ਇੱਧਰਲੇ ਪਾਸੇ ਵੀ ਤਾਰ ਪਈ ਆ ਬੜਾ ਖਾਲੀ ਆ ਤਾਂ ਨਹੀਂ ਲੈ ਕੇ ਗਏ ਹੈਗੇ ਆਹ ਵੀ ਪਹਿਲਾਂ ਇਹਨਾਂ ਨੇ ਕਰਿਆ ਪੈਣਾ ਕਾਰਾਂ ਅਤੇ ਬਾਬੇ ਚੋਰ ਹੈਗੇ ਸੀਗੇ ਸਮਝਦਾਰ ਵਿਚਾਰੇ ਇੱਧਰ ਵੀ ਫੁੱਟ ਫੁੱਟ ਦਾ ਟੋਟਾ ਛੱਡ ਗਏ ਵੀ ਬੰਦੇ ਜੋੜ ਲਾਉਣ ਤੋਂ ਔਖੇ ਨਾ ਹੋਣ ਬਈ ਤੁਹਾਡਾ ਧੰਨਵਾਦ ਆ ਯਾਰ ਤੁਸੀਂ ਚੰਗਾ ਕੰਮ ਤਾਂ ਕਰਕੇ ਗਿਆ ਮਾੜੇ ਚੋਰ ਨਹੀਂ ਸੀਗੇ ਚੋਰ ਹੈਗੇ ਤੇ ਵਧੀਆ ਵੀ ਅਗਲੇ ਜ਼ਿਮੀਂਦਾਰ ਦਾ ਵੀ ਫਾਇਦਾ ਸੋਚ ਕੇ ਗਏ ਤੇ ਚੱਲ ਸਾਡਾ ਫਾਇਦਾ ਤਾਂ ਸੋਚ ਕੇ ਗਏ ਹੋ ਯਾਰ ਚੱਲ ਧੰਨਵਾਦ ਜਿਹੜਾ ਤੁਹਾਨੂੰ ਕਾਰਵਾਈ ਪਾਉਣੀ ਸੀ ਉਹ ਤਾਂ ਪਾ ਲਈ ਪਰ ਧੰਨਵਾਦ ਆ ਤੁਸੀਂ ਇੱਧਰ ਵੀ ਨੁਕਸਾਨ ਕਰਕੇ ਨਹੀਂ ਗਏ ਹੈਗੇ ਅਤੇ ਬਾਈ ਤੁਹਾਨੂੰ ਯਾਰ ਬੂਟੇ ਦਿਖਾਉਂਦੇ ਆਪਾਂ ਆਹ ਬੂਟੇ ਲਾਏ ਸੀਗੇ
ਇਹ ਬਾਬੇ ਉਹ ਤਾਰ ਇਹ ਜਿਹੜੀ ਰਾਤ ਵੱਢ ਕੇ ਲੈ ਕੇ ਗਏ ਨੇ, ਤਕਰੀਬਨ ਇਹ 7-8 ਫੁੱਟ ਦਾ ਟੋਟਾ ਹੋਣਾ, ਅਤੇ ਉਰੇ ਤੋਂ ਬਲੇਟ ਨਾਲ ਛਿੱਲ ਕੇ ਸਾਰੀ ਮੋਟਰ ਦੀ ਕਾਰਵਾਈ ਪਾ ਕੇ ਗਏ ਨੇ। ਸਗੋਂ ਬਗੈਰ ਇੱਕ ਤੌਰ 'ਤੇ ਮਤਲਬ ਅੰਦਰ ਹੀ ਟੰਗ ਕੇ ਵੀ ਗਏ ਨੇ ਵੀ ਬਾਬੇ ਤੁਸੀਂ ਲਓ ਆਪਣੀ ਤਾਰ, ਖਾਲੀ ਤਾਰ ਸਾਂਭ ਲਿਓ। ਇਹ ਵੀ ਤੁਹਾਡਾ ਧੰਨਵਾਦ ਆ ਬਾਈ, ਇਹ ਵੀ ਤੁਸੀਂ ਇਹ ਵੀ ਛੱਡ ਗਏ। ਅਤੇ ਯਾਰ ਇੱਦਾਂ ਤਾਂ ਤੁਸੀਂ ਨਾ ਬਾਈ ਪੈਸੇ ਪੂਸੇ ਹੀ ਲੈ ਜਾਇਆ ਕਰੋ ਯਾਰ, ਇਹਦੇ ਨਾਲੋਂ ਤਾਂ ਨੁਕਸਾਨ ਨਾ ਕਰਿਆ ਕਰੋ, ਕਿਉਂਕਿ ਹੁਣ ਅੱਜ ਸਪਰੇਅ ਸਪਰੂ ਵਾਲਿਆਂ ਨੇ ਵੀ ਆਉਣਾ ਸੀਗਾ ਅਤੇ ਇਸ 'ਚ ਬੱਚੇ ਵੀ ਸਾਡੇ ਖਾਲੀ ਨੇ। ਵੀ ਇੱਦਾਂ ਤਾਂ ਤੁਸੀਂ ਯਾਰ ਮੱਕ ਕੇ ਪੈਸੇ ਹੀ ਲੈ ਜਾ ਕਰੋ, ਅਸੀਂ ਸਾਨੂੰ ਪੈਸੇ ਦੇਣੇ ਚੰਗੇ ਨੇ, ਤੁਸੀਂ ਖੱਜਲ ਖੁਆਰੀ ਕਰਦੇ ਹੋ ਸਾਨੂੰ। ਸਾਰੀ ਜ਼ਿਮੀਦਾਰ ਭਰਾ ਔਖੇ ਹੁੰਦੇ ਨੇ ਜਿਨ੍ਹਾਂ ਦੀਆਂ ਤਾਰਾਂ ਲੈ ਜਾਂਦੇ ਆ ਵੱਢ ਕੇ, ਕਿਸੇ ਨੇ ਕੋਈ ਮਜਬੂਰੀ ਹੁੰਦੀ ਹੈ, ਕਿਸੇ ਨੇ ਪਾਣੀ ਲਾਉਣਾ ਹੁਣ, ਕਿਉਂਕਿ ਜੀਰੀਆਂ ਨਿਸਰਨ ਵਾਲੀਆਂ ਨੇ, ਜੇ ਆਪਾਂ ਪਾਣੀ ਦੇਵਾਂਗੇ ਤਾਂ ਹੀ ਖੁੱਲ੍ਹ ਕੇ ਨਿਸਰਦੀਆਂ ਨੇ। ਪਰ ਬਈ ਨੁਕਸਾਨ ਤਾਂ ਨੁਕਸਾਨ ਇਹ ਆ ਵੀ ਤੁਸੀਂ ਇੱਦੋਂ ਤਾਂ ਯਾਰ ਪੈਸੇ ਪੂਸੇ ਮੰਗ ਕੇ ਲੈ ਜਾ ਕਰੋ, ਵੀ ਅਸੀਂ ਤੁਹਾਡੀਆਂ ਨਹੀਂ ਤਾਰਾਂ ਵੱਢ ਲਾਂਗੇ, ਤੁਸੀਂ ਸਾਨੂੰ ਪੈਸੇ ਦੇ ਦਿਓ। ਅੱਛਾ ਸਹੀ ਗੱਲ ਆ, ਉਹੀ ਹੋ ਗਿਆ ਕਰਤਾ, ਉਹੀ ਸਹੀ ਗੱਲ ਆ ਸਾਲਾ, ਲੈ ਗਿਆ ਚੱਕ ਕੇ ਤਾਰਾਂ, ਸਹੀ ਗੱਲ ਆ। ਉੱਥੇ ਚਾਬੀ ਵੀ ਉਹਨੇ ਉੱਥੇ ਦੇਖੀ ਆ, ਬਾਬੇ ਇਧਰਲੇ ਪਾਸੇ ਵੀ ਮਾਰ ਕੇ ਗਏ ਨੇ ਜ਼ੋਰ, ਤੇ ਆਹ ਜਿੰਦਾ ਹੈਗਾ ਸੀ ਦੂਜਾ, ਇਹਨਾਂ ਦੇ ਟੁੱਟਿਆ ਨਹੀਂ ਹੈਗਾ। ਫਿਰ ਇਹਨਾਂ ਦੇ ਤੁਹਾਨੂੰ ਦਿਖਾਉਣਾ ਮਗਲੇ ਪਾਸੇ, ਉਹ ਟਾਕੀ ਪਰੋਂ ਹੱਲਾ ਕਰਿਆ, ਉੱਥੇ ਤੋਂ ਵੀ ਇਹਨਾਂ 'ਤੇ ਆਹ ਦੇਖ ਲਓ, ਇੱਥੇ ਤਾਰਾਂ ਫੂਕ ਕੇ ਗਿਆ, ਆਹ ਜਗ੍ਹਾ ਪਰ ਤਾਰਾਂ ਫੂਕ ਕੇ ਇਹਨਾਂ ਨੇ ਮਾਰਿਆ ਮਗਲੇ ਪਾਸੇ ਤੋਂ ਜ਼ੋਰ, ਆਹ ਟਾਕੀ ਇਹਨਾਂ 'ਤੇ ਟੁੱਟੀ ਨਹੀਂ ਹੈਗੀ, ਇੱਕ ਸਰੀਆ ਜਿਹਾ ਇਹਨਾਂ ਨੇ ਹਿਲਾ ਲਿਆ ਪਰ ਹਿੱਲਿਆ ਨਹੀਂ ਹੈਗਾ ਇਹਨਾਂ 'ਤੇ, ਅਤੇ ਇਹ ਹੈਗਾ ਮਜ਼ਬੂਤ ਥੋੜ੍ਹਾ ਜਿਹਾ, ਅਤੇ ਇਹਨਾਂ 'ਤੇ ਆਹ ਚੀਜ਼ ਹਿੱਲੀ ਨਹੀਂ ਹੈਗੀ, ਇਹਨਾਂ ਦੇ ਢੋਹ ਟੁੱਟਿਆ ਜਿੰਦਾ। ਫਿਰ ਇਹਨਾਂ ਨੇ ਕੀ ਕਰਿਆ, ਇੱਥੇ ਤਾਰਾਂ ਫੂਕ ਕੇ ਆਹ ਹੋ ਰਹੀ ਆ ਸਾਡੇ ਵਾਲੀ ਮੋਟਰ ਦੀਆਂ, ਇੱਥੇ ਤਾਰਾਂ ਫੂਕ ਕੇ ਨਾਲ ਦੀ ਨਾਲ ਵੱਗ ਗਏ, ਅਤੇ ਪੱਕਾ ਬੰਦਾ ਸੀਗਾ ਕਿਉਂਕਿ ਉਹਨੂੰ ਚਾਬੀ ਦਾ ਟਿਕਾਣਾ ਵੀ ਪਤਾ ਸੀਗਾ, ਪਰ ਅਸੀਂ ਕੱਲ੍ਹ ਚਾਬੀ ਦੂਏ ਪਾਸੇ ਰੱਖ ਗਏ ਸੀਗੇ, ਆਹ ਉਰੇ ਤੋਂ ਉਰੇ ਨਹੀਂ ਆਪਾਂ ਚਾਬੀ ਉਰੇ ਰੱਖ ਦਿੰਦੇ ਹੁੰਦੇ ਹਾਂ ਬਾਬਿਓ, ਅਤੇ ਉਰੇ ਵੀ ਇਹਨੂੰ ਨਹੀਂ ਲੱਗਿਆ ਹੈਗਾ ਪਤਾ। ਮੈਂ ਤਾਂ ਸਾਰਿਆਂ ਨੂੰ ਯਾਰ ਉਹੀ ਕਹਿਣਾ ਵੀ ਜਿਵੇਂ ਉਹ ਬੋਰ ਆ ਨਾ, ਉਹਦੇ ਲਵੀ ਥੋੜ੍ਹਾ ਜਿਹਾ ਸਟਾਰਟਰ ਜਿਹਾ ਬਣਾ ਕੇ, ਇਕੱਲਾ ਕੋਠਾ ਜਿਹਾ ਬਣਾ ਲਵੇ ਸਟਾਰਟਰ ਵਾਲਾ, ਉੱਥੋਂ ਨਾਲ ਹੀ ਤਾਰਾਂ ਪੈਂਦੀਆਂ ਕਰ ਦੇਵੇ, ਕਿਉਂਕਿ ਇਹਨਾਂ ਦਾ ਕੋਈ ਪਤਾ ਤਾਂ ਹੈ ਨਹੀਂ ਵੀ ਕਿਹੜੇ ਟਾਈਮ ਕਿਹੜਾ ਹੋ ਜਾਏ। ਜਿਵੇਂ ਹੁਣ ਉਹ ਉੱਥੇ ਮੋਟਰ ਆ, ਉੱਥੋਂ ਸਾਰੀ ਉਰੇ ਤੋਂ ਦੱਬ ਦੱਬ ਕੇ ਆਹ ਕੋਠੇ ਦੇ ਵਿੱਚ ਲਿਆਂਦੀ ਗਈ ਆ। ਇਹ ਤਕਰੀਬਨ ਉਰੇ ਤੋਂ ਹੋਣੀ 30 ਫੁੱਟ ਦਾ ਗੇੜ ਆ, 30 ਤੋਂ 35-40 ਫੁੱਟ ਦਾ ਗੇੜ ਆ ਇਹ, ਵੀ ਜੇ ਇੰਨੀ ਤਾਰ, ਕਿਉਂਕਿ ਸਾਡੀ ਇੱਥੇ ਵੀ 2-3 ਵਾਰ ਪਹਿਲਾਂ ਵੱਢੀ ਗਈ, ਹੁਣ ਅਸੀਂ ਤਕਰੀਬਨ 4-5 ਫੁੱਟ ਡੂੰਘਾ ਟੋਆ ਪੱਟ ਕੇ ਉਹਦੇ ਵਿੱਚ ਤਾਰ ਵਿਛਾ ਕੇ ਉਹਦੇ ਉੱਪਰ ਰੋੜੇ ਚੰਗੀ ਤਰ੍ਹਾਂ ਰੋੜੇ ਪਾ ਕੇ, ਕਿਉਂਕਿ ਵੀ ਹਿੱਲੇ ਨਾ, ਤਾਂ ਕਰਕੇ ਅਸੀਂ ਹੁਣ ਇੱਧਰ ਤਕਰੀਬਨ 5 ਫੁੱਟ ਟੋਆ ਪੱਟ ਕੇ ਉਦੋਂ ਬਾਅਦ ਉਹਦੇ ਵਿੱਚ ਇੱਟਾਂ ਸੁੱਟ ਕੇ, ਇੱਟਾਂ ਦੇ ਉੱਪਰ ਮਿੱਟੀ ਚੰਗੀ ਸੁੱਟ ਕੇ ਫਿਰ ਦੁਬਾਰੇ ਰੋੜੇ ਸੁੱਟ ਕੇ ਤਾਂ ਤਾਰ ਦੱਬੀ ਵੀ ਆ ਵੀ ਹੁਣ ਇਹ ਨਾ ਪੱਟ ਸਕਣ, ਕਿਉਂਕਿ 3-4 ਵਾਰ ਪਹਿਲਾਂ ਵੀ ਇਹ ਸਾਡੇ ਨਾਲ ਹੋ ਚੁੱਕਿਆ ਇੱਥੇ ਆਹ ਮੋਟਰ 'ਤੇ। ਬਸ ਹੁਣ ਅਸੀਂ ਤਾਂ ਪੱਕੇ ਇਲਾਜ ਕਰਤਾ ਵੀ ਇੱਥੋਂ, ਹੁਣ ਆਹ ਉਰੇ ਕੋਠੇ ਤੋਂ ਥੱਲੇ ਵਾਲੇ ਪਾਸੇ ਨੂੰ ਜਾਂਦੀ ਆ ਕੇਬਲ, ਤੁਹਾਨੂੰ ਅੰਦਰ ਵੀ ਦਿਖਾ ਦਿੰਦੇ ਹਾਂ ਵੀ ਅੰਦਰ ਤਾਂ ਇਹਨਾਂ ਕੋਲ 7 ਕੁ ਫੁੱਟ ਦਾ ਗੇੜਾ ਵੀ, ਇਹਨੇ ਕਿਹਾ ਵੀ ਕਾਹਨੂੰ ਮੈਂ ਮੱਥਾ ਮਾਰਾਂ, ਵੀ 7 ਕੁ ਫੁੱਟ ਦਾ ਤਾਰ ਆ ਵੀ 8 ਫੁੱਟ ਇੱਥੋਂ ਲੈ ਕੇ ਤਕਰੀਬਨ ਬਹੁਤ ਉੱਥੇ ਤੱਕ ਆ, ਉਦੋਂ ਬਾਅਦ ਕੁਛ ਹੈ ਨਹੀਂ। ਬਾਕੀ ਆਹ ਮੋਟਰ ਦੀ ਕੇਬਲ ਕੱਢੀ ਸੀ, ਆਹ ਇਹਨਾਂ ਦੇ ਕੰਮ ਦੀ ਨੀਗੀ ਕਿਉਂਕਿ ਇਹਦੇ ਵਿੱਚ ਅਲਮੋਨੀਅਮ ਆ, ਇਹ ਵੀ ਤਾਂ ਕਰਕੇ ਛੱਡ ਕੇ ਨਹੀਂ, ਇਹਨੂੰ ਤਾਂ ਇਹ ਭੱਜ ਕੇ ਪੈਂਦੇ ਵੀ ਜੇ ਕਿਤੇ ਇਹ ਅਲਮੀ ਉਹਦੀ ਲੋਹੇ ਉਹਦੀ ਹੁੰਦੀ ਪਿੱਤਲ ਦੀ ਤਾਂਬੇ ਦੀ ਤਾਰ ਹੁੰਦੀ ਤਾਂ ਇਹ ਭੱਜ ਕੇ ਪੈਂਦੇ। ਅਤੇ ਤੁਹਾਨੂੰ ਬਾਬੇ ਉਹ 2-3 ਮੋਟਰਾਂ ਹੋਰ ਦਿਖਾਉਣਾ, ਉਹਨਾਂ ਦਾ ਵੀ ਕੰਮ ਜਿਹਾ ਕਰਿਆ ਵਾ। ਬਾਬੇ ਆਹ ਵੀ ਜਿੰਦਾ ਦੂਜਾ ਸੀਗਾ, ਇਹਦੇ ਪਰ ਵੀ ਮਾਰ ਕੇ ਗਏ ਨੇ ਸੱਟਾਂ ਹੀ ਆ, ਆਹ ਦੇਖੋ ਆਹ ਲੋਹਾ ਵਿੰਗਾ ਕਰਿਆ ਵਾ, ਆਹ ਗੇਟ 'ਤੇ ਵੱਜੀਆਂ ਵੀ ਨੇ। ਆਹ ਮੋਟਰ ਦਾ ਵੀ ਜਿੰਦਾ ਦੂਆ ਸੀਗਾ, ਤਾਂ ਕਰਕੇ ਵੀ ਬਚਾਓ ਰਹਿ ਗਿਆ ਆਪਣੀ ਮੋਟਰਾਂ ਦਾ, ਮਤਲਬ ਇੱਕ ਦੀ ਵੱਡੀ।